ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਆਏ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਗੱਲਾਂ ਵਿੱਚ ਗਲਾਬੋ। ਅੱਜ ਤੁਸੀਂ ਡੀਕ ਰਹੇ ਹੋਣੋ ਕਿ ਅੱਜ ਦਾ ਸਾਡਾ ਟੌਪਿਕ ਕਿਹੜਾ ਆ। ਅੱਜ ਦਾ ਟੌਪਿਕ ਵੀ ਨਾ ਆਪਾਂ ਤੁਹਾਡੇ ਮਤਲਬ ਦਾ ਚੁਣਿਆ ਆ, ਬੁੱਝੋ ਕੀ ਆਪਾਂ ਦਾ ਟੌਪਿਕ ਹੈਗਾ ਜੀ ਚਾਪ ਲੂਸੀ। ਮਜ਼ੇਦਾਰ ਟੌਪਿਕ ਲੱਗਿਆ ਨਾ, ਵਧੀਆ ਲੱਗਿਆ ਨਾ। ਹੁਣ ਫਟਾਫਟ ਤੁਸੀਂ ਕਾਲਸ ਕਰਨੀਆਂ ਨੇ 3 4 7 2 5 2 1 2 3 2 ਅਤੇ ਫਟਾਫਟ ਮੈਨੂੰ ਦੱਸਣਾ ਆ ਵੀ ਤੁਹਾਡੀ ਕੋਈ ਚਾਪਲੂਸੀ ਕਰਦਾ ਆ ਜਾਣ ਕੇ, ਜਾਂ ਫਿਰ ਤੁਸੀਂ ਕਿਸੇ ਦੀ ਚਾਪਲੂਸੀ ਕਰਦੇ ਹੋਵੋ। ਕੋਈ ਨਾ ਜੀ, ਨਾ ਨਾ ਦੱਸਿਓ, ਪਰ ਇੱਦਾਂ ਦੱਸ ਦਿਓ ਵੀ ਕਿਹਦੀ ਚਾਪਲੂਸੀ ਕਰਦੇ ਹੋ ਅਤੇ ਕਿਵੇਂ ਕਰਦੇ ਹੋ। ਠੀਕ ਹੈ ਜੀ, ਆਪਣਾ ਪਹਿਲਾ ਕਾਲਰ ਰੈਡੀ ਜੀ, ਉਹਨਾਂ ਨੂੰ ਪੁੱਛਦੇ ਹਾਂ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਬਾਬੂ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਬਸ ਬਹੁਤ ਵਧੀਆ, ਤੁਸੀਂ ਦੱਸੋ। ਕੈਮ ਜੀ, ਬਹੁਤ ਸੋਹਣਾ ਸੂਟ ਪਾਇਆ ਹੋਇਆ, ਕਲਰ ਬੜਾ ਹੀ ਪਿਆਰਾ ਹੈ। ਅੱਜ ਬਾਲ ਕਿੱਦਾਂ ਬਣਾਏ? ਡਿਜ਼ਾਈਨ ਵੀ ਬਹੁਤ ਸੋਹਣੇ ਲੱਗ ਰਹੇ, ਬਾਲ ਵੀ ਸੋਹਣੇ ਲੱਗ ਰਹੇ ਆ, ਅੱਛੇ ਲੱਗ ਰਹੇ। ਤੁਸੀਂ ਮੈਨੂੰ ਤਾਂ ਪਤਾ ਹੀ ਹੈ, ਚਲੋ ਬਾਕੀਆਂ ਨੂੰ ਨਾ ਦੱਸ ਦਿਓ। ਮੇਰਾ ਨਾਮ ਦਵਿੰਦਰ ਹੈ, ਮੈਂ ਕਨੈਕਟੀਕਟ ਤੋਂ ਬੋਲ ਰਹੀ ਹਾਂ। ਹਾਂਜੀ ਜੀ, ਸਾਨੂੰ ਤਾਂ ਪਤਾ ਹੀ ਆ, ਪਰ ਜ਼ਰੂਰੀ ਹੁੰਦਾ ਨਾ ਪੁੱਛਣਾ ਵੀ ਸਾਰਿਆਂ ਨੂੰ ਪਤਾ ਲੱਗੇ ਨਾ ਕੌਣ ਬੋਲ ਰਿਹਾ ਆ। ਰਾਈ ਰਾਈ ਰਾਈ, ਹਾਂਜੀ ਜ਼ਰੂਰੀ ਹੈ, ਬਿਲਕੁਲ ਰਾਈ ਰਾਈ, ਹਾਂਜੀ। ਪਹਿਲਾਂ ਦੱਸੋ, ਅੱਜ ਦਾ ਟੌਪਿਕ ਵਧੀਆ ਲੱਗਾ ਨਾ ਤੁਹਾਨੂੰ? ਟੌਪਿਕ ਹਾਂਜੀ ਵਧੀਆ ਸੀ, ਟੌਪਿਕ ਬਹੁਤ ਵਧੀਆ ਹੈਗਾ, ਹਾਂਜੀ। ਤੇ ਤੁਸੀਂ ਖੈਰ ਨਹੀਂ ਕਰਦੇ? ਮੈਂ ਕਦੀ ਦੱਸੋ, ਮੈਂ ਚਾਪਲੂਸੀ ਘੱਟ ਹੀ ਕਰਦੀ ਹਾਂ, ਮੈਨੂੰ ਪਤਾ ਆ। ਮੈਨੂੰ ਇੱਦਾਂ ਦੇ ਕੰਮ ਚਾਪਲੂਸੀਆਂ ਵਾਲੇ ਕਰਨੇ ਚੰਗੇ ਨਹੀਂ ਲੱਗਦੇ। ਤੇ ਕੋਈ ਤੁਸੀਂ ਵੇਖਿਆ ਹੋਏ ਕਿਸੇ ਨੂੰ ਕਰਦੇ ਹੋਏ, ਜਾਂ ਤੁਹਾਡੀ ਕੋਈ ਚਾਪਲੂਸੀ ਕਰਦਾ, ਪਤਾ ਤਾਂ ਲੱਗ ਹੀ ਜਾਂਦਾ ਵੀ ਇਹ ਝੂਠੀਆਂ ਤਾਰੀਫਾਂ ਕਰ ਰਿਹਾ, ਹੈ ਨਾ? ਓਹ ਯਾ ਯਾ, ਬਹੁਤ ਲੋਕੀ ਹੈਗੇ ਆ, ਬਹੁਤ ਲੋਕੀ ਹੈਗੇ ਆ, ਇੱਧਰ ਤੇ ਕਾਫੀ ਲੋਕੀ ਹੈਗੇ ਇੱਦਾਂ ਦੇ ਜਿਹੜੇ ਉੱਪਰੋਂ ਦੇ ਪਿੱਠੇ ਦੇ ਪਿੱਛੇ ਕੁਛ ਕਹਿ ਦਿੰਦੇ ਆ, ਮੂੰਹ ਦੇ ਉੱਤੇ ਕੁਛ ਕਹਿ ਦਿੰਦੇ ਆ, ਉਹ ਫਿਰ ਪਤਾ ਤਾਂ ਲੱਗ ਹੀ ਜਾਂਦਾ ਹੈਗਾ ਵੀ ਕੀ ਸੱਚੀ ਗੱਲ ਹੈਗੀ ਤੇ ਕੀ ਝੂਠੀ ਹੈ। ਜਿਹਦੀ ਚਾਪਲੂਸੀ ਹੋ ਰਹੀ ਹੁੰਦੀ ਹੈ ਨਾ, ਉਹਨੂੰ ਵੀ ਪਤਾ ਹੁੰਦਾ ਵੀ ਭਾਈ ਇਹ ਚਾਪਲੂਸੀ ਕਰ ਰਿਹਾ। ਪਤਾ ਨਹੀਂ, ਬਿਲਕੁਲ, ਹਾਂਜੀ। ਮੈਂ ਇੱਕ ਵਾਰੀ ਕਿਸੇ ਨੂੰ ਕਹਿ ਵੀ ਦਿੱਤਾ ਸੀਗਾ ਏਦਾਂ ਹੀ ਨਾ, ਮੇਰੀ ਕੋਈ ਫਰੈਂਡ ਸੀਗੀ ਤੇ ਉਹ ਨਾ ਜਿੱਦਾਂ ਉਹ ਮੇਰੇ ਨਾਲ ਥੋੜੀ ਜਿਹੀ ਗੜਬੜ ਹੋ ਗਈ ਸੀ, ਤੇ ਮੈਨੂੰ ਇਦਾਂ ਚੰਗਾ ਨਹੀਂ ਲੱਗਦਾ ਨਾ ਜਿੱਦਾਂ ਕੋਈ ਗੱਲ ਕਰਦਾ ਤੇ ਜਾਂ ਤੁਸੀਂ ਗੱਲ ਕਰਨੀ ਸਿੱਧੀ ਕਰੋ, ਪਿੱਠ ਪਿੱਛੇ ਨਾ ਕਰੋ। ਤੇ ਮੈਂ ਉਹਦੇ ਨਾਲ ਨਾ ਬੋਲਣਾ ਛੱਡ ਦਿੱਤਾ, ਤੇ ਉਹਦੇ ਬਾਅਦ ਜਦ ਬੋਲਣਾ ਛੱਡ ਦਿੱਤਾ ਫਿਰ ਉਹਨੂੰ ਚੰਗਾ ਨਹੀਂ ਲੱਗਿਆ। ਫਿਰ ਪਤਾ ਕੀ ਕਹਿੰਦੀ, ਸਾਰੀਆਂ ਫਰੈਂਡਾਂ ਨੂੰ ਕਹਿੰਦੀ, ਉਹ ਮੈਨੂੰ ਕਹਿੰਦੀ ਕਿ ਉਹ ਜਦੋਂ ਆਪਾਂ ਫਰੈਂਡ ਕਿਤੇ ਇਕੱਠੇ ਹੁੰਦੇ ਹਾਂ ਨਾ, ਉਹਨਾਂ ਦੇ ਸਾਹਮਣੇ ਤੇ ਮੈਨੂੰ ਚੰਗੀ ਤਰ੍ਹਾਂ ਗੱਲ ਕਰਿਆ ਕਰ, ਲੋਕਾਂ ਨੂੰ ਪਤਾ ਨਾ ਲੱਗੇ ਕਿ ਅਸੀਂ ਆਪਸ ਨਹੀਂ ਬੋਲਦੇ ਕਿ ਆਪਾਂ ਇਕੱਠੀ ਪਾਈ ਹੈ। ਮੈਨੂੰ ਮੈਂ ਕਿਹਾ ਕਿ ਲੋਕਾਂ ਨੂੰ ਕਾਹਦੇ ਵਾਸਤੇ ਦਿਖਾਉਣਾ, ਲੋਕਾਂ ਨੂੰ ਵੀ ਤਾਂ ਪਤਾ ਹੀ ਹੈ। ਅੱਛਾ, ਮੈਂ ਤੁਹਾਡੀ ਆਦਤ ਇੱਕ ਵੇਖੀ ਹੈ ਵੀ ਤੁਸੀਂ ਮੂੰਹ ਤੇ ਗੱਲ ਕਰ ਦਿੰਦੇ ਹੋ, ਕੱਲ ਵੀ ਤੁਸੀਂ ਇੱਦਾਂ ਹੀ ਦੱਸਿਆ ਸੀਗਾ ਹੋਣਾ ਵੀ ਜਿਹੜਾ ਬੰਦਾ ਗੱਪਾਂ ਮਾਰਦਾ ਤੁਸੀਂ ਉਹਨੂੰ ਮੂੰਹ ਤੇ ਕਹਿ ਦਿੰਦੇ ਹੋ ਵੀ ਭਾਈ ਤੂੰ ਗੱਪਾਂ ਕਾਹਨੂੰ ਮਾਰਦਾ, ਤੇ ਕੋਈ ਚਾਪਲੂਸੀ ਵਗੈਰਾ ਤੁਸੀਂ ਉਹਨੂੰ ਵੀ ਮੂੰਹ ਤੇ ਕਹਿ ਦਿੰਦੇ ਹੋ ਵੀ ਤੂੰ ਚਾਪਲੂਸੀ ਕਰ। ਮੈਂ ਉਹਨੂੰ ਕਹਿ ਦਿੰਦੀ, ਮੈਨੂੰ ਉਹਨੇ ਮੈਨੂੰ ਇਸ ਕਰਦੇ, ਮੈਨੂੰ ਡਰ ਨਹੀਂ ਲੱਗਦਾ, ਜੋ ਗੱਲ ਹੈਗੀ ਸਿੱਧੀ ਮੂੰਹ ਤੇ ਕਹਿ ਦੇਣੀ ਜ਼ਿਆਦਾ ਚੰਗੀ ਆ। ਸਹੀ ਗੱਲ ਹੈ, ਹਨਾ, ਕਿਸੇ ਨੂੰ ਬੁਰੀ ਲੱਗੇ ਤਾਂ ਲੱਗੇ, ਤੁਸੀਂ ਆਪਣੇ ਮਨ ਨੂੰ ਤੁਹਾਨੂੰ ਸੈਟੀਸਫੈਕਸ਼ਨ ਮਿਲਦੀ ਹੈ। ਅਸੀਂ ਅਸੀਂ ਗਲਤ ਕੰਮਾਂ 'ਚ ਜਾਂਦੇ ਨਹੀਂ ਹੈ, ਜੋ ਕਹਿਣੀ ਹੈ ਸਿੱਧੀ ਮੂੰਹ ਉੱਤੇ ਗੱਲ ਕਹਿਣੀ, ਤੇ ਬੇਸ਼ੱਕ ਕਿਸੇ ਨੂੰ ਬੁਰੀ ਲੱਗੇ ਤਾਂ ਲੱਗੇ। ਨਹੀਂ ਨਹੀਂ, ਉਹਨਾਂ ਨਾਲ ਤੁਸੀਂ ਅੱਬਾ ਕਰ ਲਓ। ਨਹੀਂ, ਉਦੋਂ ਮੈਂ ਫਿਰ ਉਹਨਾਂ ਕਰਕੇ ਨਾ ਜਿੱਦਾਂ ਮੈਂ ਕਿਹਾ ਚਲੋ ਇਸ ਤਰ੍ਹਾਂ ਥੋੜ੍ਹਾ ਬਹੁਤ ਮੈਂ ਬੋਲਦੀ ਹਾਂ, ਪਰ ਉਹ ਪਤਾ ਜਿਹੜੀ ਇੱਕ ਵਾਰੀ ਗੱਲ ਪੈ ਜਾਂਦੀ ਨਾ, ਉਹ ਦੁਬਾਰਾ ਮੁੜ ਕੇ ਭਾਲਦੀ ਨਹੀਂ ਹੈ, ਉਹ ਥੋੜ੍ਹਾ ਬਹੁਤ ਆਪਾਂ ਚਲੋ ਮਤਲਬ ਜਿੱਦਾਂ ਫਰੈਂਡਸ਼ਿਪ ਦੇ ਥੋੜ੍ਹਾ ਬਹੁਤ ਕਰਨਾ ਪੈਂਦਾ ਤਾਂ ਹੈਲੋ ਹਾਏ ਚਲੋ ਰੱਖਦੇ ਆਉਣਾ ਜਾਣਾ, ਇੰਨਾ ਘੱਟ ਬਹੁਤ ਘੱਟ ਹੋ ਗਿਆ। ਸਾਡੇ ਨਾਲ ਸ਼ੇਅਰ ਕੀਤਾ, ਸਾਨੂੰ ਬਹੁਤ ਵਧੀਆ ਲੱਗਾ। ਅਗਲੇ ਕਾਲਰ ਨੂੰ ਪੁੱਛਦੇ, ਉਹ ਵੀ ਇੱਦਾਂ ਕਰਦੇ ਨੇ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਜੀ ਹਰਦੀਪ ਸਿੰਘ ਖੇਲਾ ਫ੍ਰੀ ਮੋਡ ਤੋਂ ਬੋਲ ਰਹੇ ਹਾਂ। ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਚਾਪਲੂਸੀ ਬਾਰੇ? ਚਾਪਲੂਸੀ ਬਾਰੇ ਹੁਣ ਤੁਹਾਨੂੰ ਕੀ ਕਹੀਏ ਜੀ, ਚਾਪਲੂਸੀ ਤਾਂ ਕਰਨੀ ਪੈਂਦੀ ਆ। ਮੈਂ ਤਾਂ ਕੀਤੀ ਆ ਤੇ ਨਾ ਮੈਂ ਕਰਕੇ ਰਾਜੀ ਆ, ਤੁਹਾਨੂੰ ਦੱਸਾਂ ਨਾ ਮੈਨੂੰ ਚੰਗਾ ਲੱਗਦਾ ਚਾਪਲੂਸੀ ਵਾਲਾ ਬੰਦਾ। ਵਧੀਆ ਨਹੀਂ ਲੱਗਦਾ, ਹਨਾ? ਨਹੀਂ ਨਹੀਂ, ਵਧੀਆ ਨਹੀਂ ਲੱਗਦਾ ਚਾਪਲੂਸੀ ਤਾਂ। ਇੱਕ ਚਾਪਲੂਸੀ ਤਾਂ ਹੁੰਦੀ ਹੈ ਜੇ ਕੋਈ ਬੰਦੇ ਦੇ ਵਿੱਚ ਕਮਜ਼ੋਰੀ ਹੋਵੇ ਆਪਣੀ। ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ। ਚਾਪਲੂਸੀ ਉਦੋਂ ਕਰਨ ਦੀ ਲੋੜ ਪੈਂਦੀ ਜਦੋਂ ਬੰਦੇ 'ਚ ਆਪਣੇ ਆਪ 'ਚ ਕੋਈ ਕਮਜ਼ੋਰੀ ਹੋਏ ਨਾ, ਤੇ ਉਹਨੂੰ ਪਤਾ ਆ ਵੀ ਮੇਰੀ ਗੱਲ ਨਹੀਂ ਬਣਨੀ, ਤੇ ਫਿਰ ਉਹਨੂੰ ਚਾਪਲੂਸੀ ਕਰਨੀ ਪੈਂਦੀ ਆ। ਹਾਂਜੀ ਹਾਂਜੀ, ਪਰ ਚਾਪਲੂਸੀ ਵਾਲਾ ਬੰਦਾ ਕਾਮਯਾਬ ਬਹੁਤ ਘੱਟ ਹੀ ਹੁੰਦਾ, ਉਹ ਚਾਪਲੂਸੀ ਜੋ ਪੈ ਰਹਿ ਜਾਂਦਾ ਸਾਰੀ ਉਮਰ। ਬਿਲਕੁਲ ਬਿਲਕੁਲ, ਉਹਨੂੰ ਆਦਤ ਪੈ ਜਾਂਦੀ ਫਿਰ, ਹਨਾ? ਹਾਂਜੀ, ਚਾਪਲੂਸੀਆਂ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਉਹ ਬੰਦਾ ਆਪਣੇ ਮੰਨ ਲਓ ਕਾਮਯਾਬ ਨਹੀਂ ਹੋ ਸਕਦਾ ਜਿਹੜਾ ਚਾਪਲੂਸੀ ਤੇ ਹੀ ਹੋਵੇ ਬਸ ਫਿਰ। ਹਾਂ, ਨਹੀਂ ਨਹੀਂ ਬਿਲਕੁਲ ਠੀਕ ਆ। ਤੁਹਾਡੇ ਜਿਹੜੇ ਸੁਜੈਸ਼ਨਸ ਨੇ ਜਾਂ ਤੁਹਾਡੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਵੀ ਜਿਹੜਾ ਪੁਆਇੰਟ ਰੱਖਿਆ, ਮੈਨੂੰ ਬਹੁਤ ਵਧੀਆ ਲੱਗਾ। ਹਾਂਜੀ ਠੀਕ ਹੈ ਜੀ, ਕਿਉਂਕਿ ਮੈਂ ਤਾਂ ਹਰ ਇੱਕ ਬੰਦੇ ਨੂੰ ਕਹਿਣਾ ਹੈ ਵੀ ਚਾਪਲੂਸੀ ਨਾ ਕਿਸੇ ਤੋਂ ਕਰਾਓ ਤੇ ਨਾ ਕਿਸੇ ਦੀ ਕਰੋ,
ਸਿਰਫ ਆਪਣੇ ਮੰਨ ਲਓ ਆਪਣੇ ਤੇ ਮੰਨ ਲਓ ਬੰਦੇ ਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਮੈਂ ਆਹ ਕੰਮ ਕਰ ਸਕਦਾ ਹਾਂ ਤੇ ਕਿਸੇ ਦੀ ਚਾਪਲੂਸੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਸਾਰਿਆਂ ਨੇ ਤੁਹਾਡੀ ਗੱਲ ਸੁਣ ਲਈ ਹੈਗੀ ਜੀ ਸਾਰਿਆਂ ਨੇ ਤੁਹਾਡੀ ਗੱਲ ਮੰਨਣੀ ਵੀ ਹੈਗੀ ਹੈ ਮੈਂ ਤਾਂ ਸਾਰਿਆਂ ਨੂੰ ਆਪ ਕਹੂੰਗੀ ਵੀ ਜੇ ਤੁਹਾਡੇ ਅੰਦਰ ਕੋਈ ਕਮੀ ਹੈਗੀ ਉਹਨੂੰ ਠੀਕ ਕਰੋ ਤੁਹਾਨੂੰ ਚਾਪਲੂਸੀ ਕਰਨ ਦੀ ਲੋੜ ਹੀ ਨਹੀਂ ਹੈਗੀ ਹੈ ਜੀ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਾ ਤੁਸੀਂ ਆਪਣਾ ਪੁਆਇੰਟ ਸਾਡੇ ਸਾਹਮਣੇ ਰੱਖਿਆ ਸ਼ੁਕਰੀਆ ਓਕੇ ਓਕੇ ਜੀ ਅਗਲੇ ਕਾਲਰ ਨੂੰ ਪੁੱਛ ਲਈਏ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਮੈਂ ਸ਼ਟਲ ਤੋਂ ਰੂਬੀ ਬੋਲਦੀ ਜੀ ਰੂਬੀ ਜੀ ਨਮਸਕਾਰ ਕੀ ਹਾਲ ਨੇ ਨਮਸਕਾਰ ਜੀ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਟੌਪਿਕ ਸਾਡਾ ਅੱਜ ਦਾ ਕੁਐਸਚਨ ਕੀ ਆ ਜੀ ਸਾਡਾ ਕੁਐਸਚਨ ਇਹ ਆ ਵੀ ਜਿਹੜੇ ਲੋਕੀ ਚਾਪਲੂਸੀ ਕਰਦੇ ਨੇ ਵੇਖੇ ਹੋਣੇ ਤੁਸੀਂ ਕਈ ਲੋਕੀ ਝੂਠੀਆਂ ਤਾਰੀਫਾਂ ਕਰਦੇ ਨੇ ਚਾਪਲੂਸੀ ਕਰਦੇ ਨੇ ਹਨਾ ਉਹਨਾਂ ਉੱਪਰ ਕੁਝ ਕਹਿਣਾ ਚਾਹੋਗੇ ਕਦੀ ਵੀ ਕਿਸੇ ਦੀ ਚਾਪਲੂਸੀ ਨਹੀਂ ਕਰਨੀ ਚਾਹੀਦੀ ਜੋ ਵੀ ਗੱਲ ਕਰਨੀ ਚਾਹੀਦੀ ਉਹਨੂੰ ਸਿੱਧਾ ਉਹਦੇ ਮੂੰਹ ਤੇ ਕਹਿਣਾ ਚਾਹੀਦਾ ਕਿਉਂਕਿ ਉਹਦੀ ਪਿੱਠ ਪਿਛਲੇ ਕੋਈ ਬੁਰਾਈ ਨਹੀਂ ਕਰਨੀ ਚਾਹੀਦੀ ਬਿਲਕੁਲ ਤਕਰੀਬਨ ਕਈ ਲੋਕੀ ਸਾਡੇ ਮੂੰਹ ਤੇ ਕੁਛ ਹੋਰ ਦੇ ਬਾਅਦ ਕਿਸੇ ਦੀ ਗੱਲ ਕੁਛ ਹੋਰ ਕਰਦੇ ਇਸ ਕਰਕੇ ਏਦਾਂ ਦੀ ਨਹੀਂ ਕਰਨਾ ਚਾਹੀਦਾ ਹਾਂ ਤੇ ਤੁਸੀਂ ਤੇ ਨਹੀਂ ਕੀਤੀ ਕਦੀ ਜਾਂ ਕਿਸੇ ਨੇ ਤੁਹਾਡੀ ਕੀਤੀ ਹੋਈ ਚਾਪਲੂਸੀ ਸਾਡੀਆਂ ਤਾਂ ਬਥੇਰੀਆਂ ਕਰਦੇ ਆਪਾਂ ਕਿਸੇ ਦੀ ਨਹੀਂ ਕਰਦੇ ਏਦਾਂ ਦਾ ਕਰਨ ਦਾ ਕੀ ਫਾਇਦਾ ਕੀ ਮਿਲਦਾ ਪਰਮਾਤਮਾ ਤਾਂ ਦੇਖਦਾ ਹੀ ਆ ਜੀ ਬਿਲਕੁਲ 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 ਆ ਵੇਖ ਲੈ ਕਿੱਡੀ ਕਿੱਡੀ ਵੱਡੀਆਂ ਗੱਲਾਂ ਕਰ ਰਹੇ ਨੇ ਸਾਡੇ ਕਾਲਰਸ ਵੀ ਪਰਮਾਤਮਾ ਵੇਖਦਾ ਹੈ ਚਾਪਲੂਸੀ ਨਹੀਂ ਕਰਨੀ ਚਾਹੀਦੀ ਹਨਾ ਝੂਠੀਆਂ ਤਾਰੀਫਾਂ ਵੀ ਕਰਦੇ ਨੇ ਲੋਕੀ ਕੁੜੀ ਭਾਵੇਂ ਸੋਹਣੀ ਲੱਗ ਰਹੀ ਹੋਵੇ ਭਾਵੇਂ ਨਾ ਲੱਗ ਰਹੀ ਹੋਵੇ ਕਈ ਜਾਣਗੇ ਬਹੁਤ ਸੋਹਣੇ ਲੱਗ ਰਹੇ ਮੈਡਮ ਤੁਸੀਂ ਅੱਜ ਅਗਲੇ ਕਾਲਰ ਰੈਡੀ ਨੇ ਜੀ ਹੈਲੋ ਹਾਂਜੀ ਹਾਂਜੀ ਉਹ ਹੈਲੋ ਗਲੋਬਲ ਪੰਜਾਬ ਦੇ ਬਾਰੇ ਉਹ ਸੰਧੂ ਸਾਹਿਬ ਨਾਲ ਕੋਈ ਕਮੈਂਟ ਕਰਦੇ ਹੈਗੇ ਨੇ ਹਾਂਜੀ ਮੈਂ ਕਹਿਣਾ ਵੀ ਜਿਹੜਾ ਪਿੱਛੇ ਬਲੂ ਸਟਾਰ ਹੋਇਆ ਨਾ ਤੁਸੀਂ ਪ੍ਰੋਗਰਾਮ ਦਿਖਾ ਰਹੇ ਹੋ ਸਰ ਸਰ ਐਕਚੁਅਲੀ ਪਤਾ ਕੀ ਹੈਗਾ ਇਹ ਸਾਡਾ ਜਿਹੜਾ ਹੈਗਾ ਜਿਹੜਾ ਸ਼ੋਅ ਆ ਆ ਦੂਸਰਾ ਹੈਗਾ ਅਸੀਂ ਉਹਨਾਂ ਨੂੰ ਤੁਹਾਡਾ ਮੈਸੇਜ ਦੇ ਦਾਂਗੇ ਤੁਹਾਨੂੰ ਕਾਲ ਬੈਕ ਆ ਜਾਊਗੀ ਠੀਕ ਹੈ ਜੀ ਹੈਲੋ ਹਾਂਜੀ ਠੀਕ ਹੈ ਜੀ ਇਹਨਾਂ ਦਾ ਲੱਗਦਾ ਇਹਨਾਂ ਨੂੰ ਥੋੜ੍ਹੀ ਗਲਤੀ ਲੱਗ ਗਈ ਸੀਗੀ ਕੋਈ ਪ੍ਰੋਬਲਮ ਨਹੀਂ ਹੈ ਜੀ ਹੁਣ ਵੇਲਾ ਹੋ ਗਿਆ ਜੀ ਇੱਕ ਨਿੱਕੇ ਜੇ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਗੱਲਬਾਤ ਕਰ ਰਹੇ ਸੀਗੇ ਜੀ ਚਾਪਲੂਸੀ ਬਾਰੇ ਅਤੇ ਕਈਆਂ ਨੇ ਦੱਸਿਆ ਵੀ ਚਾਪਲੂਸੀ ਨੇ ਜਿਹੜੀ ਗਲਤ ਹੁੰਦੀ ਆ ਨਹੀਂ ਕਰਨੀ ਚਾਹੀਦੀ ਪਰ ਕੀ ਕਰੀਏ ਭਾਈ ਕਰਦੇ ਹੀ ਨੇ ਇੱਥੇ ਤਾਂ ਜ਼ਿਆਦਾ ਕਰਦੇ ਨੇ ਮੈਨੂੰ ਪਤਾ ਬਾਹਰਲੇ ਮੁਲਕ 'ਚ ਟਾਈਮ ਨਹੀਂ ਹੁੰਦਾ ਹੋਣਾ ਚਾਪਲੂਸੀ ਕਰਨ ਦਾ ਜਾਂ ਫਿਰ ਕਹਿ ਲਓ ਵੀ ਉੱਥੇ ਮੌਕਾ ਨਹੀਂ ਮਿਲਦਾ ਹੋਣਾ ਇੱਧਰ ਤਾਂ ਚੱਲਦਾ ਹੀ ਆ ਇਹ ਕੁਛ ਆ ਹੁਣ ਵੇਖ ਲਓ ਮੈਂ ਸੋਹਣੀ ਤਾਂ ਮੈਨੂੰ ਚਲੋ ਮੈਂ ਲੱਗ ਰਹੀ ਹਾਂ ਪਰ ਮੇਰਾ ਜਿਹੜਾ ਮੇਕਅਪ ਵਾਲਾ ਮੈਨੂੰ ਆ ਕੇ ਕਹਿ ਰਿਹਾ ਮੈਨੂੰ ਚਾਪਲੂਸੀ ਕਰਨ ਲੱਗ ਪਿਆ ਮੈਂ ਕਿਹਾ ਭਾਈ ਇਹਦਾ ਟੌਪਿਕ ਵੀ ਇਹੀ ਹੈ ਚਾਪਲੂਸੀ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਆ ਮੈਂ ਸੋਹਣੀ ਲੱਗ ਰਹੀ ਹਾਂ ਨਾ ਲੱਗਣ ਵਾਲੀ ਕਿਹੜੀ ਗੱਲ ਮੈਂ ਤਾਂ ਹੈਗੀ ਹਾਂ ਹੈ ਕਿ ਨਹੀਂ ਅੱਜ ਆਪਾਂ ਖਾਸ ਬੰਦੇ ਬਾਰੇ ਗੱਲ ਕਰਨੀ ਹੈ ਜੀ ਅਤੇ ਉਹਨਾਂ ਦੇ ਫੋਨ ਆਉਣ ਵਾਲਾ ਹੈ ਮੈਨੂੰ ਪਤਾ ਉਹ ਐਕਚੁਅਲੀ ਕਾਲਰ ਸਾਡੇ ਰੈਡੀ ਸੀਗੇ ਸਾਨੂੰ ਬ੍ਰੇਕ ਲੈਣੀ ਪਈ ਉਹ ਫਿਰ ਹਟ ਗਏ ਠੀਕ ਹੈ ਜੀ ਹੁਣ ਉਹਨਾਂ ਦਾ ਫੋਨ ਆ ਰਿਹਾ 3-4-7-2-5-2-1-2-3-2 'ਤੇ ਫੋਨ ਕਰਕੇ ਉਹ ਦੱਸਣਗੇ ਵੀ ਉਹ ਭਲਾ ਚਾਪਲੂਸੀ ਕਰਦੇ ਨੇ ਮੈਨੂੰ ਪਤਾ ਉਹ ਤਾਂ ਕਰਦੇ ਹੀ ਨਹੀਂ ਹੋਣੇ ਵੈਸੇ ਵੇਖੋ ਚਾਪਲੂਸੀ ਕਿਹੜੀ ਨਵੀਂ ਗੱਲ ਆ ਇਹ ਤਾਂ ਚੱਲਦੀ ਰਹਿੰਦੀ ਸਾਰੇ ਸੈਕਟਰਸ ਵਿੱਚ ਚੱਲਦੀ ਕੋਆਪਰੇਟ ਸੈਕਟਰ ਚੱਲ ਜਾਓ ਉੱਥੇ ਚੱਲਦੀ ਹੈ ਸਾਡੇ 'ਚ ਤਾਂ ਚਲੋ ਬਾਹਲੀ ਚੱਲਦੀ ਹੈ ਮਤਲਬ ਇੱਥੇ ਤਾਂ ਸਾਨੂੰ ਕਰਨੀ ਪੈਂਦੀ ਹੈ ਸਾਡੇ ਦਫ਼ਤਰ 'ਚ ਕਈ ਐਸੇ ਲੋਕੀ ਨੇ ਜਿਹੜੇ ਬਗੈਰ ਗੱਲੋਂ ਚਾਪਲੂਸੀ ਕਰੀ ਜਾਣਗੇ ਵੈਸੇ ਬਗੈਰ ਗੱਲੋਂ ਤਾਂ ਨਹੀਂ ਚਲੋ ਕਰਦੇ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਵੀ ਆਪਣੇ ਪ੍ਰੋਫਿਟਸ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਆ ਵੀ ਹਾਂ ਵੀ ਹੁਣ ਤਾਂ ਨਾ ਸਾਡੇ ਕੋਲ ਬੌਸ ਨੇ ਖੁਸ਼ ਹੋ ਜਾਣਾ ਆ ਮਤਲਬ ਸਾਡੇ ਇਨਸੈਂਟਿਵ ਵਧਾ ਦੇਣੇ ਆ ਬੰਦਾ ਪੁੱਛੇ ਵੀ ਚਾਪਲੂਸੀ ਕਰਕੇ ਵਧਨੇ ਆ ਵੀ ਤੁਸੀਂ ਆਪ ਮਿਹਨਤ ਕਰੋ ਹਨਾ ਹੁਣ ਜਿੱਦਾਂ ਸਾਡੇ ਕਾਲਰ ਨੇ ਦੱਸਿਆ ਸੀਗਾ ਵੀ ਜਦੋਂ ਤੁਹਾਡੇ ਅੰਦਰ ਕੋਈ ਕਮੀ ਹੁੰਦੀ ਹੈ ਨਾ ਤੁਸੀਂ ਤਾਂ ਚਾਪਲੂਸੀ ਕਰਦੇ ਤੁਹਾਨੂੰ ਪਤਾ ਵੀ ਇੱਦਾਂ ਤਾਂ ਗੱਲ ਬਣਨੀ ਨਹੀਂ ਭਾਈ ਚਾਪਲੂਸੀ ਕਰਨੀ ਪੈਣੀ ਆ ਪਰ ਵੇਖ ਲਓ ਮੈਨੂੰ ਨਹੀਂ ਕਦੀ ਲੋੜ ਪਈ ਹਾਂ ਪਰ ਮੇਰੇ ਨਾਲ ਚਾਪਲੂਸੀ ਕਈਆਂ ਨੇ ਕੀਤੀ ਮੈਨੂੰ ਕਿਹਾ ਵੀ ਹਾਂ ਮੈਡਮ ਇੱਦਾਂ ਮੈਡਮ ਉੱਦਾਂ ਮੈਂ ਨਹੀਂ ਮੰਨਦੀ ਹਾਂ ਅਤੇ ਹੋਰ ਕੀ ਵੈਸੇ ਤੁਹਾਨੂੰ ਮੈਂ ਦੱਸ ਰਹੀ ਸੀਗੀ ਨਾ ਹੁਣ ਜਿਹੜੇ ਸਾਡੇ ਸਰ ਸੁਣ ਰਹੇ ਹੋਣਗੇ ਵੀ ਇਹਨੇ ਮੇਰੇ ਬਾਰੇ ਗੱਲ ਕਰਤੀ ਵੀ ਮੈਂ ਕਦੋਂ ਚਾਪਲੂਸੀ ਕਰਦਾ ਉਹਨਾਂ ਨੂੰ ਪਤਾ ਆ ਵੀ ਉਹ ਕਰਦੇ ਨੇ ਸਾਰਿਆਂ ਨੂੰ ਪਤਾ ਆ ਉਹ ਕਰਦੇ ਨੇ ਅਗਲਾ ਕਾਲਰ ਰੈਡੀ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਅਗਲੇ ਕਾਲਰ ਕਹਿੰਦੇ ਵੀ ਆਪਾਂ ਨਾ ਥੋੜ੍ਹੀ ਜਿਹੀ ਦੇਰ ਬਾਅਦ ਗੱਲ ਕਰਨੀ ਰੋਟੀ ਪਾਣੀ ਖਾ ਰਹੇ ਹੋਣਗੇ ਆਪਾਂ ਕਹੇ ਕੋਈ ਗੱਲ ਨਹੀਂ ਜੀ ਹੁਣ ਸਾਨੂੰ ਤੁਹਾਡੀ ਮੰਨਣੀ ਪੈਣੀ ਹੈ ਹੈ ਨਾ ਤੁਸੀਂ ਸਾਡੇ ਪਿਆਰੇ ਜੇ ਕਾਲਰਸ ਹੋ
ਕੀ ਕਰੀਏ ਭਾਈ, ਕਰਨੀ ਪੈਂਦੀ ਹੈ। ਅੱਛਾ ਆਪਾਂ ਗੱਲ ਕਰ ਰਹੇ ਸੀਗੇ ਵੀ ਚਾਪਲੂਸੀ ਦੀ, ਕਈ ਵਾਰ ਨਾ ਲੋਕੀ ਕਹਿੰਦੇ ਜਿੱਦਾਂ ਕੁੜੀ ਆ ਹੁਣ ਹੈ ਨਾ, ਉਹ ਸੋਹਣੀ ਨਹੀਂ ਵੀ ਲੱਗ ਰਹੀ, ਅਤੇ ਕਿਹੜਾ ਜਿਹੜਾ ਨਾਲ ਮੁੰਡਾ ਹੋਏਗਾ ਨਾ ਉਹਨੂੰ ਕਹਿਣਾ ਪੈਣਾ ਵੀ ਤੂੰ ਬਾਹਲੀ ਸੋਹਣੀ ਲੱਗ ਰਹੀ ਅੱਜ। ਅਤੇ ਕੁੜੀ ਨੂੰ ਵੀ ਆਪਣੇ ਆਪ 'ਚ ਪਤਾ ਹੁੰਦਾ ਵੀ ਭਾਈ ਮੈਂ ਤਾਂ ਅੱਜ ਕੋਈ ਮੇਕਅਪ ਸ਼ੇਕਅਪ ਨਹੀਂ ਕਰਕੇ ਆਈ, ਤਾਂ ਤਿਆਰ ਹੋ ਕੇ ਨਹੀਂ ਆਈ, ਤਾਂ ਅੱਜ ਵੀ ਸੋਹਣੀ ਲੱਗ ਰਹੀ ਆ। ਫਿਰ ਉਹਨੂੰ ਵੀ ਹਾਂ ਮੈਂ ਲੱਗ ਰਹੀ ਹਾਂ, ਉਹਨੂੰ ਕਹਿਣਾ ਪੈਂਦਾ ਆ, ਕੀ ਕਰੇ ਹੈ ਕਿ ਨਹੀਂ। ਆਹ ਵੇਖ ਲਓ ਹੁਣ ਕਾਲਰ ਆ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਨਾਮ ਆ? ਚਾਪਲੂਸੀ ਬਾਰੇ ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹੁੰਦਾ ਜੀ, ਜਿਹੜੇ ਚਾਪਲੂਸ ਹੁੰਦੇ ਨਾ ਇਹ ਬੜੀ ਖਤਰਨਾਕ ਕਿਸਮ ਦੀ ਕੌਮ ਹੁੰਦੀ ਹੈਗੀ। ਬਿਲਕੁਲ ਬਿਲਕੁਲ, ਇਹ ਤਾਂ ਬੜੇ ਨੁਕਸਾਨਦਾਇਕ ਹੁੰਦੇ ਨੇ ਮੈਂ ਕਹਿੰਨੀ ਆ। ਬਾਕੀਆਂ ਦੀ ਬੇੜੀਆਂ 'ਚ ਬੱਟੇ ਪਾਉਂਦੇ ਨੇ। ਬਿਲਕੁਲ 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 ਬਿਲਕੁਲ। ਹੋਰ ਕੀ, ਖੁਦ ਖੁਦ ਤਾਂ ਇਹਨਾਂ ਨੇ ਕੁਝ ਕਰਨਾ ਨਹੀਂ ਹੈਗਾ, ਲੋਕਾਂ ਦੇ ਮਤਲਬ ਬਸ ਏਦਾਂ ਕਿੱਦਾਂ ਕਰ ਲਿਆ, ਇਹ ਕਿੱਦਾਂ ਹੋ ਗਿਆ, ਏਦਾਂ ਨਹੀਂ। ਮੈਡਮ ਜੀ ਏਦਾਂ ਕਹਿ ਰਿਹਾ ਸੀਗਾ, ਬੋਸ ਏਦਾਂ ਕਹਿ ਰਿਹਾ ਸੀਗਾ, ਆਪਾਂ ਏਦਾਂ ਕਰਕੇ ਏਦਾਂ ਕਰ ਲਈਏ, ਕਰਨਾ ਕੁਛ ਨਹੀਂ ਬਸ, ਫਿਰ ਸਾਡੇ ਵਰਗੇ ਬਣ ਜਾਂਦੇ। ਅੱਛਾ ਮੈਨੂੰ ਕਰਨਾ ਕੁਛ ਨਹੀਂ ਹੈ ਨਾ, ਦੂਜੇ ਦੇ ਬਾਰੇ ਕਹਿ ਦੇਣਾ ਉਹ ਏਦਾਂ ਕਹਿ ਰਿਹਾ ਸੀਗਾ। ਮੈਡਮ ਮੈਂ ਪਰ ਮੈਂ ਤੁਹਾਡੇ ਵਾਲਾ ਤੁਸੀਂ ਨੋਟਿਸ ਕੀਤੀਆਂ ਹਨਾ, ਹੁਣ ਫਿਰ ਤੁਹਾਨੂੰ ਲੱਗਾ ਹੋਣਾ ਯਾਰ ਮੈਂ ਵੀ ਕਈ ਵਾਰ ਏਦਾਂ ਕਰ ਜਾਂਦਾ, ਮੈਨੂੰ ਪਤਾ ਨਹੀਂ ਲੱਗਦਾ। ਨਹੀਂ ਮੈਨੂੰ ਲੱਗਦਾ ਨਹੀਂ। ਨਹੀਂ ਸੱਚ ਬੋਲ ਰਹੇ ਹੋ? ਮੰਨ ਲਈਏ। ਬਿਲਕੁਲ ਬਿਲਕੁਲ 101%। ਠੀਕ ਆ ਜੀ, ਮੰਨ ਲੈਂਦੇ ਹਾਂ। ਹੁਣ ਤੁਸੀਂ ਕਿਹਾ ਤਾਂ ਸਾਨੂੰ ਮੰਨਣਾ ਪੈਣਾ, ਸਾਡੇ ਜਿਹੜੇ ਪਿਆਰੇ ਕਾਲਰਸ ਨੇ ਸਾਨੂੰ ਜੋ ਕਹਿੰਦੇ ਨੇ ਆਪਾਂ ਮੰਨ ਲੈਂਦੇ ਹਾਂ। ਹੁਣ ਕੀ ਪਤਾ ਹੋਏ ਭਾਈ ਇਹਨਾਂ ਨੇ ਕਿਸੇ ਦੀ ਗੱਲ ਸੁਣਾਈ ਕਿ ਆਪਣੀ ਗੱਲ ਸੁਣਾਤੀ ਹੈ। ਮੈਨੂੰ ਲੱਗ ਰਿਹਾ ਕਿਤੇ ਨਾ ਕਿਤੇ ਤੁਸੀਂ ਏਦਾਂ ਕਰ ਦਿਓ। ਵੇਖੋ ਇਹ ਕੋਈ ਮਾੜੀ ਗੱਲ ਨਹੀਂ ਹੈਗੀ, ਕਰਨੀ ਪੈਂਦੀ। ਹੁਣ ਕੀ ਕਰੀਏ, ਜਦੋਂ ਬੋਸ ਹੀ ਤੁਹਾਨੂੰ ਕਹਿ ਰਿਹਾ ਤੁਹਾਨੂੰ ਤਾਂ ਕਰਨਾ ਹੀ ਪਏਗਾ ਨਾ ਵੀ ਤੁਹਾਨੂੰ। ਤੁਸੀਂ ਹੁਣ ਵੇਖਣਾ ਹੈ ਮੈਂ ਇਹ ਏਦਾਂ ਕਹਿ ਰਿਹਾ ਸੀਗਾ, ਬੋਸ ਇਹ ਏਦਾਂ ਕਹਿ ਰਿਹਾ ਸੀਗਾ, ਤੁਹਾਨੂੰ ਆ ਕੇ ਕਹਿਣਾ ਪੈਂਦਾ ਆ। ਅੱਛਾ ਜੀ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਗੱਲ ਹੈ, ਪਰ ਹਿਸਾਬ ਨਾਲ ਠੀਕ ਹੈ। ਠੀਕ ਹੈ ਜੀ, ਆ ਵੇਖ ਲਓ ਜੀ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਵੇਖ ਲਓ ਜੀ, ਇਹਨਾਂ ਨੇ ਸਾਨੂੰ ਦੱਸਿਆ ਵੀ ਵੇਖੋ ਜੀ ਕਰਨੀ ਪੈਂਦੀ ਕਈ ਵਾਰ, ਕੀ ਕਰੀਏ ਮੈਨੂੰ ਪਤਾ ਆ, ਕੋਈ ਚੱਕਰ ਨਹੀਂ ਜੀ, ਪਰ ਹਿਸਾਬ ਨਾਲ। ਅਗਲੇ ਕਾਲਰ ਨੂੰ ਪੁੱਛ ਲਈਏ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਅਸੀਂ ਜੀ ਟੋਰਾਂਟੋ ਤੋਂ ਬੋਲਦੇ ਜੀ, ਕਸ਼ਮੀਰ ਸਿੰਘ। ਅੱਛਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਦੇ ਵਿੱਚ, ਕੀ ਕਹਿਣਾ ਚਾਹੋਗੇ ਜੀ? ਮੈਂ ਤੁਹਾਡਾ ਟੌਪਿਕ ਵੇਖ ਕੇ ਕੀਤਾ ਸੀ ਜੀ। ਸਾਡਾ ਟੌਪਿਕ ਹੈਗਾ ਜੀ ਚਾਪਲੂਸੀ, ਜਿੱਦਾਂ ਆਪਾਂ ਝੂਠੀਆਂ ਤਾਰੀਫਾਂ ਕਰਦੇ ਹਾਂ ਨਾ ਕਿਸੇ ਦੀਆਂ। ਹਾਂਜੀ ਹਾਂਜੀ, ਉਹ ਟੌਪਿਕ ਸੀਗਾ, ਕੀ ਕਹਿਣਾ ਚਾਹੋਗੇ? ਠੀਕ ਆ ਜੀ, ਮੈਂ ਪੁੱਛਣਾ ਚਾਹੁੰਦਾ ਸੀ ਜੀ ਤੇ ਤੁਸੀਂ ਮਤਲਬ ਇਹ ਟੌਪਿਕ ਕਿੱਦਾਂ ਲੱਭਿਆ ਵੀ ਜਾਂ ਤਾਂ ਤੁਹਾਡੀ ਕੋਈ ਮੁੱਠੀ ਚਾਪੀ ਕਰਦਾ ਜਾਂ ਤੋਂ ਇਹ ਤੁਹਾਨੂੰ ਕਰਨੀ ਪਈ? ਇਹ ਟੌਪਿਕ ਇੱਦਾਂ ਲੱਭਿਆ ਸਾਨੂੰ, ਅਸੀਂ ਵੇਖਿਆ ਵੀ ਨਾ ਇੱਦਾਂ ਹੁੰਦਾ ਆ ਕਈ ਵਾਰ ਆਪਾਂ ਜਦੋਂ ਵੱਖਰੇ ਵੱਖਰੀ ਜਗ੍ਹਾ ਜਾਈਦਾ ਆ ਨਾ, ਵੱਖਰੇ ਵੱਖਰੇ ਲੋਕਾਂ ਨਾਲ ਮਿਲੀਦਾ, ਤੇ ਕਈ ਵਾਰ ਵੇਖੀ ਤਾਂ ਉਹਨਾਂ ਦੇ ਜਿਹੜੇ ਪੀਏ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਵਾਕਫ ਹੁੰਦੇ ਨੇ ਜਾਂ ਅੱਗੇ ਪਿੱਛੇ ਬਹਿਣ ਵਾਲੇ ਜਿਹੜੇ ਲੋਕੀ ਹੁੰਦੇ ਨੇ ਨਾ, ਉਹ ਕਰਦੇ ਨੇ ਕਿਸੇ ਨਾ ਕਿਸੇ ਲੈਵਲ ਤੇ, ਕੋਈ ਜ਼ਿਆਦਾ ਕਰਦਾ ਕੋਈ ਘੱਟ ਕਰਦਾ ਆ, ਮਤਲਬ ਨੂੰ ਹਨਾ। ਪਰ ਇਹ ਹੁੰਦਾ, ਇਹ ਤਾਂ ਕਿਹੜੀ ਨਵੀਂ ਗੱਲ ਹੈ, ਤੇ ਹੁੰਦਾ ਹੀ ਰਹਿੰਦਾ। ਹੈਲੋ ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਲਾਬੋ ਦੀ ਭੈਣ ਆ, ਸਾਰੇ ਮੈਨੂੰ ਗੁਲਾਬੋ ਕਹਿੰਦੇ ਨੇ। ਹਾਂਜੀ, ਤੁਸੀਂ ਵੀ ਉਹਨਾਂ ਦੇ ਵਰਗੇ ਬੜੇ ਗੁਲਾਬੋ ਜੀ, ਗੁਲਾਬੋ ਅਸੀਂ ਵੀ ਤੁਹਾਨੂੰ ਗੁਲਾਬੋ ਹੀ ਕਹਿੰਦੇ ਨੇ। ਅੱਛਾ ਜੀ, ਕੋਈ ਗੱਲ ਨਹੀਂ ਜੀ, ਕਹਿ ਲਓ ਕਿੱਦਾਂ, ਸੇਮ ਹੀ ਆ। ਹਾਂਜੀ, ਮੈਂ ਪੜ੍ਹਿਆ ਤੁਹਾਡਾ ਟੌਪਿਕ, ਅੱਜਾ ਕੀ ਹੈ ਚਾਪਲੂਸੀ ਸੀ ਨਾ ਅੱਜ ਦਾ ਤੁਹਾਡਾ ਟੌਪਿਕ, ਤਾਂ ਤੁਸੀਂ ਨਾਮ ਨਹੀਂ ਦੱਸਣਾ ਆਪਣਾ? ਜੀ ਮੇਰਾ ਨਾਮ ਜਸਕੀਰਤ ਹੈ, ਮੈਂ ਕੈਲੀਫੋਰਨੀਆ, ਮੈਂ ਨਿਊ ਜਰਸੀ ਤੋਂ ਬੋਲ ਰਹੀ ਹਾਂ। ਮਤਲਬ ਕੈਲੀਫੋਰਨੀਆ ਨਿਊ ਜਰਸੀ ਜਾਂਦੇ ਰਹਿੰਦੇ ਹੋ ਤੁਸੀਂ, ਹੈ?
ਹਾਂਜੀ ਮੈਂ ਮੇਰੇ ਨਾ ਰਿਸ਼ਤੇਦਾਰ ਰਹਿੰਦੇ ਨੇ ਉੱਥੇ ਤਾਂ ਮੈਂ ਅਪ ਐਂਡ ਡਾਊਨ ਕਰਦੀ ਰਹਿੰਦੀ ਹਾਂ। ਵਾਹ 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 ਮੌਜਾਂ ਨੇ ਤੁਹਾਨੂੰ। ਅੱਛਾ ਕੀ ਕਹਿਣਾ ਚਾਹੋਗਾ ਇਹਦੇ ਟੌਪਿਕ ਬਾਰੇ? ਜੀ ਇਹਦੇ ਟੌਪਿਕ ਬਾਰੇ ਚਾਪਲੂਸੀ, ਮੈਂ ਕਿਹਾ ਤਾਂ ਬਾਲੀ ਬਹੁਤ ਹੀ ਮਾੜੀ ਚੀਜ਼ ਹੈ ਚਾਪਲੂਸੀ। ਮਾੜੀ ਆ? ਹਾਂ ਗਲਤ ਆ। ਤੁਹਾਨੂੰ ਬੰਦਾ ਚੰਗਾ ਨਾ ਲੱਗਦੇ ਹੋਵੇ ਤਾਂ ਵੀ ਉਹਨੂੰ ਅੱਛੀ ਚੀਜ਼ਾਂ ਬੋਲੀ ਜਾਓ, ਤੂੰ ਬੜੀ ਪਿਆਰੀ ਹੈ, ਤੂੰ ਬੜਾ ਅੱਛਾ ਹੈ। ਮੈਨੂੰ ਤਾਂ ਨਹੀਂ ਕਹਿ ਰਹੇ ਕਿਤੇ ਤੁਸੀਂ, ਹਾਂਜੀ ਮੈਨੂੰ ਤਾਂ ਨਹੀਂ ਕਹਿ ਰਹੇ ਵੀ ਬੰਦਾ ਨਹੀਂ ਵੀ ਚੰਗਾ ਲੱਗਦਾ ਤਾਂ ਵੀ ਕਹੀ ਜਾਂਦਾ ਬੰਦਾ ਤੂੰ ਬੜਾ ਪਿਆਰਾ ਆ, ਮੈਨੂੰ ਤਾਂ ਨਹੀਂ ਕਹਿ ਰਹੇ ਕਿਤੇ। ਨਹੀਂ ਜੀ ਮੈਂ ਤੁਹਾਨੂੰ ਤਾਂ ਨਹੀਂ ਕਹਿ ਰਹੀ, ਮੈਂ ਤੁਹਾਨੂੰ ਤਾਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਦਿਲ ਤੋਂ ਤਾਰੀਫ ਕਰ ਰਹੀ ਹਾਂ। ਮੈਂ ਕਈ ਬੰਦੇ ਹੁੰਦੇ ਜਿਨ੍ਹਾਂ ਨੂੰ ਤੁਸੀਂ ਦੇਖਣਾ ਨਹੀਂ ਚਾਹੁੰਦੇ, ਬਟ ਤਦ ਵੀ ਸਿਚੁਏਸ਼ਨ ਇੱਦਾਂ ਦੀ ਹੁੰਦੀ ਹੈ ਕਿ ਉਹਨੂੰ ਅੱਛਾ ਕਹਿ ਨਹੀਂ ਪੈਂਦਾ, ਕਹਿਣਾ ਹੀ ਪੈਂਦਾ। ਹੁੰਦਾ ਆ ਹੁੰਦਾ ਆ, ਕਈ ਵਾਰ ਹੁੰਦਾ ਨਾ ਵੀ ਜਿੱਦਾਂ ਘਰ ਕੋਈ ਆ ਜੇ ਹੈ ਨਾ, ਕੋਈ ਗੈਸਟ ਆ ਗਿਆ ਆ ਤਾਂ ਉਹਨੂੰ ਵੀ ਸਾਨੂੰ ਇੱਦਾਂ ਕਹਿੰਦਾ ਮੈਨੇ ਵਾਹ 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 ਤੁਸੀਂ ਬੜੇ ਸਹੀ ਟਾਈਮ 'ਤੇ ਆਏ ਹੋ, ਇਹੀ ਟਾਈਮ ਸੀ ਤੁਹਾਡਾ ਆਉਣ ਦਾ। ਅਤੇ ਬੰਦਾ ਆਪਣੇ ਆਪ 'ਚ ਸੋਚ ਰਿਹਾ ਹੁੰਦਾ ਯਾਰ ਆ ਕੋਈ ਟਾਈਮ ਹੈ ਆਉਣ ਦਾ, ਹੈ ਨਾ। ਅੱਛਾ ਜ਼ਿਆਦਾਤਰ ਤੁਸੀਂ ਤੁਸੀਂ ਵਰਕਿੰਗ ਹੋ? ਹਾਂਜੀ ਮੈਂ ਵਰਕਿੰਗ ਹਾਂ, ਮੈਂ ਕੰਮ ਕਰਦੀ ਹਾਂ, ਪਰ ਮੈਂ ਚਾਪਲੂਸੀ 'ਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੀ। ਮੈਂ ਕਿਹਾ ਜੋ ਸੱਚ ਹੈ ਉਹ ਬੋਲੋ, ਕਿਸੇ ਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ। ਨਹੀਂ ਉਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਹਾਡੀ ਆਪਣੀ ਨੇਚਰ ਨਹੀਂ ਹੈਗੀ ਇੱਦਾਂ ਦੀ, ਹੈ ਨਾ। ਪਰ ਮੈਂ ਵੇਖਿਆ ਕਈ ਵਾਰ ਤੁਸੀਂ ਕੋਪਰੇਟ ਸੈਕਟਰੀ 'ਚ ਚੱਲ ਜਾਓ ਜਾਂ ਕਿਤੇ ਪ੍ਰਮੋਸ਼ਨ ਵਾਸਤੇ ਵੀ, ਲੋਕ ਜ਼ਿਆਦਾਤਰ ਇੱਦਾਂ ਕਰਦੇ ਨੇ ਕਿ ਬੌਸ ਦੀ ਚਾਪਲੂਸੀ ਕਰਦੇ ਨੇ, ਗੱਲ ਸਹੀ ਹੈ? ਹਾਂ ਅੱਜ ਕੱਲ੍ਹ ਤਾਂ ਮਾੜਾ ਹੀ ਦੌਰ ਚੱਲ ਪਿਆ, ਉੱਥੇ ਤਾਂ ਪ੍ਰਮੋਸ਼ਨ ਲੈਣੀ ਹੈ ਤਾਂ ਬੌਸ ਦੀ ਤਾਂ ਚਾਪਲੂਸੀ ਤਾਂ ਕਰਨੀ ਪੈਂਦੀ, ਵਰਨਾ ਪ੍ਰਮੋਸ਼ਨ ਤੋਂ ਕਿਆ ਸੈਲਰੀ ਵੀ ਵੱਧਦੀ ਨਹੀਂ ਹੈ। ਅੱਛਾ ਜੀ, ਮਤਲਬ ਪ੍ਰਮੋਸ਼ਨ ਤੇ ਛੱਡੋ, ਜੇ ਸੈਲਰੀ ਲੈਣੀ ਤਾਂ ਵੀ ਚਾਪਲੂਸੀ ਕਰਨੀ ਪਏਗੀ ਕਿ ਬੌਸ ਵੇਖੋ ਤੁਸੀਂ ਅੱਜ ਕਿੰਨਾ ਸੋਹਣਾ ਸੂਟ ਪਾਇਆ, ਮੇਰੀ ਤਨਖਾਹ ਦੇ ਦਿਓ ਪਲੀਜ਼। ਇਦਾਂ ਹਾਂ ਇਦਾਂ, ਮਤਲਬ ਕਿ ਅਗਰ ਤੁਸੀਂ ਕੋਈ ਚੀਜ਼ ਚਾਹੀਏ, ਅਗਰ ਬੌਸ ਤੋਂ ਤੁਸੀਂ ਖੁਸ਼ ਕਰਨਾ ਹੈ ਆਪਣੇ ਕੰਮ ਤੋਂ ਜਾਂ ਕੁਛ ਤੋਂ, ਚਾਪਲੂਸੀ ਤਾਂ ਕਹਿਣੀ ਪੈਂਦੀ, ਹਾਂ ਸਰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਡੇ ਆਈਡੀਆਜ਼ ਅੱਛੇ ਨੇ, ਤਾਂ ਬੌਸ ਖੁਸ਼ ਹੁੰਦਾ ਹੈ, ਉਹ ਦੇਖ ਕੇ ਉਹਨੂੰ ਅੱਛਾ ਲੱਗਦਾ, ਤਾਂ ਤੁਹਾਨੂੰ ਇਨਸੈਂਟਿਵ ਪ੍ਰਮੋਸ਼ਨ ਸੈਲਰੀ ਵੀ ਰਾਈਜ਼ ਕਰਦੀ ਤੁਹਾਡੀ। ਅੱਛਾ ਕਈ ਵਾਰ ਬੌਸ ਦੇ ਆਈਡੀਆਜ਼ ਨਹੀਂ ਵੀ ਪਸੰਦ ਆਉਂਦੇ, ਬੰਦਾ ਸੋਚਦਾ ਯਾਰ ਆ ਕੀ ਸੋਚਿਆ ਬੌਸ ਨੇ, ਹੈ ਨਾ, ਪਰ ਬੰਦਾ ਤਾਂ ਵੀ ਕਹਿੰਦਾ ਬੌਸ ਵੈਰੀ ਗੁੱਡ, ਇਸ ਤੋਂ ਵਧੀਆ ਤਾਂ ਕੋਈ ਸੋਚ ਨਹੀਂ ਸਕਦਾ, ਸਲਿਊਟ ਹੈ ਤੁਹਾਨੂੰ, ਹੈ ਨਾ। ਹਾਂਜੀ ਮੈਨੂੰ ਦੱਸੋ ਤੁਸੀਂ ਸੱਚੀ ਨਹੀਂ ਇੱਦਾਂ ਕਰਦੇ? ਨਹੀਂ ਮੈਂ ਮੰਨਦੀ ਹਾਂ ਕਿ ਅਗਰ ਮੇਰੇ ਅੰਦਰ ਸੱਚਾਈ ਹੈ, ਮੇਰਾ ਕੰਮ ਅੱਛਾ ਹੈ, ਤਾਂ ਉਹ ਖੁਦ ਰਿਵਾਰਡ ਹੋ ਜਾਊਗਾ ਇੱਕ ਦਿਨ, ਪਰ ਚਾਪਸ ਉਹਨੂੰ ਪਾਲ ਲੈ, ਮੈਂ ਫਾਲਤੂ ਦੀ ਚਾਪਲੂਸੀ ਨਹੀਂ ਕਰ ਸਕਦੀ, ਇਹ ਮੇਰੇ ਤੋਂ ਨਹੀਂ ਹੁੰਦੀ। ਅੱਛਾ ਤੁਹਾਡੇ ਕੋਲੋਂ ਨਹੀਂ ਹੁੰਦੀ, ਤੁਹਾਡੇ ਆਸ ਪਾਸ ਜਿਹੜੇ ਲੋਕ ਨੇ ਉਹ ਤਾਂ ਕਰਦੇ ਹੋਣੇ, ਬਾਹਲੀਆਂ ਕਰਦੇ ਹੋਣੇ ਇੱਦਾਂ ਦੀਆਂ ਹਰਕਤਾਂ? ਹਾਂ ਲਾਈਕ ਜਿੱਥੇ ਮੈਂ ਪਹਿਲੇ ਸੀ ਕੰਮ ਕਰਦੀ ਸੀ ਉੱਥੇ ਤਾਂ ਬਹੁਤ ਸੀ ਚਾਪਲੂਸੀ ਕਰਦੇ ਸੀ, ਤਾਂ ਹੀ ਤੁਹਾਨੂੰ ਪੁੱਛਦੇ ਸੀ, ਵਰਨਾ ਨਹੀਂ ਪੁੱਛਦੇ ਤੁਹਾਨੂੰ। ਅੱਛਾ ਜਿਹੜਾ ਬੰਦਾ ਮਤਲਬ ਕਈ ਵਾਰ ਹੁੰਦਾ ਨਾ ਵੀ ਜਿਹੜੇ ਟੀਚਰ ਜਿਹੜਾ ਸਾਨੂੰ ਸਕੂਲ ਪੜ੍ਹਾ ਰਿਹਾ ਹੁੰਦਾ, ਜੇ ਆਪਾਂ ਉਹਦੇ ਕੋਲੋਂ ਟਿਊਸ਼ਨ ਰੱਖ ਲਈਏ ਨਾ ਤਾਂ ਜ਼ਿਆਦਾ ਨੰਬਰ ਆਉਂਦੇ ਨੇ, ਹੈ ਨਾ। ਬੜਾ ਸਮਾਰਟ ਬੰਦਾ ਹੁੰਦਾ ਹੈ ਚਾਪਲੂਸੀ ਕਰਨ ਵਾਲਾ, ਟੀਚਰ ਨੂੰ ਹਰ ਚੀਜ਼ ਅੱਛਾ ਕਹਿਣ ਵਾਲਾ, ਉਹਨੂੰ ਮੋਨਿਟਰ ਨਾ ਦਿੰਦੇ ਟੀਚਰ ਨੂੰ, ਮੈਮ ਇਹ ਬੱਚਾ ਸ਼ਰਾਰਤੇ ਕਰ ਰਿਹਾ ਥਾ, ਮੈਮ ਇਹ ਐਸੇ ਕਰ ਰਿਹਾ ਥਾ, ਟੀਚਰ ਵੀ ਖੁਸ਼ ਹੋ ਜਾਂਦੀ ਹੈ, ਠੀਕ ਹੈ ਮੈਨੂੰ ਪੂਰੀ ਰਿਪੋਰਟਿੰਗ ਦੇ ਰਿਹਾ ਆ, ਇਹਨੂੰ ਮੋਨੀਟਰ ਬਣਾਓ। ਹਾਂਜੀ ਹੈ ਨਾ, ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਵਧੀਆ ਲੱਗਾ ਤੁਹਾਨੂੰ ਗੱਲ ਕਰਕੇ ਜੀ। ਬਹੁਤ ਵਧੀਆ ਲੱਗਾ, ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵਾਂ ਟੌਪਿਕ ਲੈ ਕੇ ਨਵੇਂ ਐਪੀਸੋਡ ਦੇ ਵਿੱਚ। ਸਤਿ ਸ਼੍ਰੀ ਅਕਾਲ।